2 ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਸ਼ਗਨ ਸਕੀਮ। ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ। ਲੜਕੀਆਂ ਦੇ ਵਿਆਹ ਨੂੰ 2 ਸਾਲ ਬੀਤ ਜਾਣ ਦੇ ਬਾਵਜੂਦ ਨਹੀਂ ਮਿਲੀ ਸ਼ਗਨ ਸਕੀਮ। ਲੜਕੀਆਂ ਦੀ ਗਰੀਬ ਮਾਂ ਸਰਕਾਰੀ ਦਫ਼ਤਰਾਂ ਵਿੱਚ ਦਰ ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜਬੂਰ। ਹਰ ਵਾਰ ਨਿਰਾਸ਼ਾ ਦਾ ਕਰਨਾ ਪਿਆ ਸਾਹਮਣਾ। ਗਿੱਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ ਵੀ ਕੀਤੀ ਪਹੁੰਚ ਪਰ ਨਹੀਂ ਹੋਈ ਕੋਈ ਸੁਣਵਾਈ। ਗਿੱਦੜਵਾਹਾ ਭਾਵੇਂ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 'ਤੇ ਮਿਲਣ ਵਾਲੀ 21,000 ਰੁਪਏ ਦੀ ਸ਼ਗਨ ਸਕੀਮ ਨੂੰ ਵਧਾ ਕੇ 51,000 ਰੁਪਏ ਕਰਨ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਉਲਟ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋੜਵੰਦ ਧੀਆਂ ਨੂੰ ਉਹਨਾਂ ਦੀ ਸ਼ਗਨ ਸਕੀਮ ਅੱਜ ਤੱਕ ਨਹੀਂ ਮਿਲੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਕੌਰ, ਪਤਨੀ ਕਸ਼ਮੀਰ ਸਿੰਘ ਵਾਸੀ ਵਾਰਡ ਨੰਬਰ 10 ਗਿੱਦੜਵਾਹਾ ਨੇ ਦੱਸਿਆ ਹੈ ਕਿ ਉਸ ਦੀਆਂ 2 ਲੜਕੀਆਂ ਅਮਨਦੀਪ ਕੌਰ ਅਤੇ ਗਗਨਦੀਪ ਕੌਰ ਦੇ ਵਿਆਹ 2 ਸਾਲ ਪਹਿਲਾਂ ਹੋਏ ਸਨ, ਪਰ ਉਹਨਾਂ ਦੀ ਸਕੀਮ ਅੱਜ ਤੱਕ ਨਹੀਂ ਮਿਲੀ। ਸੁਖਦੀਪ ਕੌਰ ਨੇ ਦੱਸਿਆ ਹੈ ਕਿ ਉਹਨਾਂ ਸਮੇਂ ਸਿਰ ਵਿਆਹਾਂ ਸੰਬੰਧੀ ਫਾਈਲ ਭਰ ਕੇ ਸੰਬੰਧਿਤ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਸਨ। ਉਹਨਾਂ ਦੱਸਿਆ ਹੈ ਕਿ ਦਫ਼ਤਰ ਵੱਲੋਂ ਉਹਨਾਂ ਨੂੰ ਫਾਈਲਾਂ ਦੇ ਨੰਬਰ 152-53 ਵੀ ਲਗਾ ਦਿੱਤੇ ਸਨ। ਉਹ ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਬੰਧਿਤ ਦਫ਼ਤਰ ਵਿੱਚ ਪਿਛਲੇ ਸਾਲ ਤੋਂ ਗੇੜੇ ਮਾਰ ਰਹੇ ਹਨ, ਪਰ ਖੱਜਲ ਖੁਆਰੀ ਤੋਂ ਬਿਨਾਂ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਉਹਨਾਂ ਕਿਹਾ ਹੈ ਕਿ ਉਹ ਇਸ ਸੰਬੰਧੀ ਹਲਕਾ ਵਿਧਾਇਕ ਰਾਜਾ ਵੜਿੰਗ ਨੂੰ ਵੀ ਮਿਲ ਚੁੱਕੇ ਹਨ। ਜਦ ਇਸ ਸੰਬੰਧੀ ਲੋਕ ਭਲਾਈ ਅਫਸਰ ਤਹਿਸੀਲ ਗਿੱਦੜਵਾਹਾ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਮੇਰੀ ਤਾਇਨਾਤੀ ਕੁਝ ਦਿਨ ਪਹਿਲਾਂ ਹੀ ਇੱਥੇ ਹੋਈ ਹੈ ਅਤੇ ਮੈਂ ਇਹਨਾਂ ਦੀ ਫਾਈਲ ਚੈੱਕ ਕਰ ਲਈ ਹੈ। ਕਿਸੇ ਕਾਰਨ ਕਰਕੇ ਇਹਨਾਂ ਦੀ ਹੀ ਵੀ ਫਾਈਲ ਨਾਮਨਜ਼ੂਰ ਹੋ ਗਈ ਸੀ। ਅਸੀਂ ਇਹਨਾਂ ਦੇ ਨਾਲ ਦੂਸਰੀ ਵਾਰ ਸੰਪਰਕ ਕਰਕੇ ਇਹਨਾਂ ਤੋਂ ਜ਼ਰੂਰੀ ਕਾਗਜ਼ਾਤ ਲੈ ਕੇ ਦੂਸਰੀ ਵਾਰ ਇਹਨਾਂ ਦੀ ਫਾਈਲ ਭੇਜ ਦਿੱਤੀ ਹੈ। ਬਹੁਤ ਜਲਦ ਹੀ ਸ਼ਗਨ ਸਕੀਮ ਇਹਨਾਂ ਤੱਕ ਪਹੁੰਚਦੀ ਹੋ ਜਾਵੇਗੀ। ਹਾਂਜੀ, ਕੀ ਨਾਮ, ਕੀ ਹੈ ਤੁਹਾਡਾ? ਮੇਰਾ ਨਾਮ ਸੁਖਦੀਪ ਕੌਰ ਹੈ। ਸੁਖਦੀਪ ਕੌਰ ਜੀ, ਕੀ ਗੱਲਬਾਤ ਹੋਈ ਹੈ ਜਿਹੜੀ ਤੁਹਾਡੀ ਸ਼ਗਨ ਸਕੀਮ ਬਾਰੇ? ਕੀ ਹਾਂਜੀ, 2 ਸਾਲ ਹੋ ਗਏ ਬੇਟੀਆਂ ਵਿਆਹੀਆਂ ਨੂੰ ਮੇਰੀਆਂ ਨੂੰ ਜੀ, ਤੇ ਮੈਨੂੰ ਸ਼ਗਨ ਸਕੀਮ ਨਹੀਂ ਮਿਲ ਰਹੀ। ਮੈਂ ਜਾਏ ਮੁਕਤਸਰ 3-4 ਵਾਰੀ ਜਾਏ ਘੱਟੋ ਘੱਟ, ਤੇ ਬਸ ਮੈਨੂੰ ਸ਼ਗਨ ਸਕੀਮ ਦਿੰਦੇ ਨਹੀਂ, ਲਾਰਾ ਲਾ ਦਿੰਦੇ ਹੈਗੇ, ਕਹਿੰਦੇ ਆ ਜਾਣਗੇ ਪੈਸੇ। ਬਸ ਤੁਸੀਂ ਇਹਦੇ ਬਾਬਤ ਕਿਸੇ ਨੂੰ ਮਿਲੇ ਵੀ ਜੀ? ਹਾਂਜੀ, ਮਿਲੀ ਸੀ ਜੀ। ਮੈਂ 6 ਮਹੀਨੇ ਹੋ ਗਏ ਰਾਜਾ ਵੜਿੰਗ ਸਿੰਘ ਦਾ ਆਏ ਸੀ ਇੱਥੇ। ਮੈਂ ਉਹਨਾਂ ਨੂੰ ਆਖਿਆ ਜੀ ਮੈਨੂੰ ਸ਼ਗਨ ਸਕੀਮ ਦਿਓ ਜੀ, ਤੇ ਉਹ ਕਹਿੰਦੇ ਵੀ ਤੁਹਾਡਾ ਕੰਮ ਨਹੀਂ ਕਹਿੰਦੇ ਇਸ ਘਰ ਚ। ਕੀ ਕਾਰਨ ਹੈ ਕਿਉਂ ਨਹੀਂ ਦੇ ਸਕਦੇ? ਕੀ ਪਤਾ ਜੀ ਕੀ ਗੱਲ ਹੈਗੀ, ਕਿਉਂ ਕਾਰਨ ਕੀ ਸਮਝਦੇ ਕੀ ਆਦੇ ਹੈਗੇ, ਸਾਡੇ ਨਾਲ ਵਾਅਦੇ ਕਰ ਦਿੰਦੇ ਹੈਗੇ ਆ, ਕਹਿੰਦੇ ਅਸੀਂ ਐਂ ਕਰਾਂਗੇ ਐਂ ਕਰਾਂਗੇ, ਮਗਰੋਂ ਸੁਣ ਦਿੰਦੇ ਨਹੀਂ। ਕਿੰਨਾ ਚਿਰ ਹੋ ਗਿਆ ਜਿਹੜੀਆਂ ਤੁਹਾਡੀਆਂ ਲੜਕੀਆਂ ਨੂੰ ਵਿਆਹ ਦੀ ਗੱਲ ਕਰੀਏ? 2 ਸਾਲ ਹੋ ਗਏ। ਅੱਛਾ, ਬੱਚੇ ਵਗੈਰਾ ਹੋ ਗਏ ਉਹਨਾਂ ਦੇ? ਹਾਂਜੀ ਹਾਂਜੀ, ਬੱਚੇ ਹੋ ਗਏ, 7 ਸਾਲ ਦੀਆਂ ਲੜਕੀਆਂ ਹੋਈਆਂ ਜੀ ਦੋਨਾਂ ਕੋਲੇ। ਕੇਸ ਦੀ ਮੇਰੇ ਹੁਣੇ ਰੀਸੈਂਟਲੀ ਮੈਂ ਜੁਆਇਨ ਕੀਤਾ ਤੇ ਮੇਰੇ ਧਿਆਨ 'ਚ ਆਇਆ ਸੀ ਤੇ ਇਹਦਾ ਕੀ ਹੈ, ਕੇਸ ਦੇ ਵਿੱਚ ਰਿਜੈਕਸ਼ਨ ਆ ਗਈ ਸੀ ਸਰਕਾਰ ਵੱਲੋਂ ਜੀ, ਤੇ ਉਹ ਬੈਨੀਫੀਸ਼ੀਅਰੀ ਦੇ ਕਾਫੀ ਵਾਈਡ ਅਕਾਊਂਟਸ ਹੁੰਦੇ ਆ ਤੇ ਬੈਨੀਫੀਸ਼ੀਅਰੀ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਸਹੀ ਕਰਕੇ ਅਸੀਂ ਭੇਜਿਆ ਜਾਣਾ ਹੁੰਦਾ ਤੇ ਅਸੀਂ ਬੈਨੀਫੀਸ਼ੀਅਰੀ ਨਾਲ ਤਾਲਮੇਲ ਕਰਕੇ ਖਾਤਾ ਨਵਾਂ ਲੈ ਲਿਆ ਤੇ ਉਹ ਭੇਜ ਚੁੱਕੇ ਹਾਂ। ਰੀਸੈਂਟਲੀ ਹੁਣ ਥੋੜੇ ਦਿਨਾਂ ਵਿੱਚ ਸਰਕਾਰ ਵੱਲੋਂ ਪੇਮੈਂਟ ਜਾਰੀ ਕੀਤੀ ਹੈ ਤੇ ਉਹਦੇ ਖਾਤੇ 'ਤੇ ਆ ਜੂਗੀ।